हेलो एवरीबॉडी सशिकाल जी बहुत-बहुत स्वागत है सारे ही स्टूडेंट्स ਦਾ 에ਰਿਡਿਸ਼ਨ ਸਟੱਡੀਜ਼ ਦੇ ኦਫੀਸ਼ੀਅਲ ਚੈਨਲ ਤੇ ਜਿੱਥੇ ਅਸੀਂ ਪੰਜਾਬੀ ਦੇ ਪੇਪਰ ਦੀ ਤਿਆਰੀ ਕਰ ਰਹੇ ਹਾਂ ਜੀ ਆਈ ਐਮ ਇਨ ਪੰਜਾਬੀ ਸਾਹਿਤ ਅਸੀਂ ਕਵਰ ਕਰ ਰਹੇ ਹਾਂ ਜੋ ਕਿ ਤੁਹਾਡੇ UGC ਦੇ ਮਾਸਟਰ ਕੇਜਰ ਦੇ ਲੈਕਚਰ ਕੇਜਰ ਦੇ ਆਈ ਐਮ ਇਨ ਸਾਰੇ ਹੀ ਐਗਜ਼ਾਮ ਦੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਰਹੂਗਾ ਓਕੇ ਔਰ ਅੱਜ ਦਾ ਜੋ ਸਾਡਾ ਸੈਸ਼ਨ ਹੈ ਇਹ ਅਸੀਂ ਆਧੁਨਿਕ ਕਾਵ ਦੇ ਵਿੱਚ ਪ੍ਰੀਤਮ ਸਿੰਘ ਸਫੀਰ ਨੂੰ ਕਵਰ ਕਰਾਂਗੇ ਓਕੇ ਜਿਹੜੇ ਸਟੂਡੈਂਟਸ ਪਹਿਲੀ ਵਾਰੀ ਸੈਸ਼ਨ ਨੂੰ ਦੇਖ ਰਹੇ ਆ ਉਹਨਾਂ ਦੇ ਲਈ ਜਾਣਕਾਰੀ ਲਈ ਦੱਸ ਦਿਆਂ ਕਿ ਇਹ ਸੀ ਦਿੱਲੀ ਹੀ 8 ਵਜੇ ਸ਼ਾਮ ਨੂੰ ਕਲਾਸ ਲਗਾਉਂਦੇ ਆ ਠੀਕ ਹੈ ਜਿਸ ਦੇ ਵਿੱਚ ਅਸੀਂ ਸਾਹਿਤਕਾਰਾਂ ਨੂੰ ਕਵਰ ਕਰੀਦਾ ਹੈ ਵੈਸੇ ਤਾਂ ਇੱਕ ਸੈਸ਼ਨ ਦੇ ਵਿੱਚ ਸਿਰਫ 15 ਕੁਐਸਚਨਸ ਹੁੰਦੇ ਨੇ ਪਰ ਜਦੋਂ ਮੈਂ ਇੱਕ ਕੁਐਸਚਨ ਕਰਵਾਉਂਦੀ ਆ ਤਾਂ ਉਹਦੇ ਨਾਲ ਮੈਂ ਕਾਫੀ ਸਾਰੇ ਕੁਐਸਚਨਸ ਰਿਲੇਟ ਕਰਕੇ ਦੱਸ ਦਿੰਦੀ ਆ ਆਈ ਮੀਨ ਐਕਸਟਰਾ ਫੈਕਟਸ ਨੂੰ ਵੀ ਆਪਾਂ ਡਿਸਕਸ ਕਰ ਲਈਦਾ ਆ ਓਕੇ ਤਾਂ ਇਸ ਲਈ ਇਹ ਸਾਰੇ ਦੇ ਸਾਰੇ ਐਕਸਟਰਾ ਫੈਕਟ ਆਪਣੇ ਆਪ ਦੇ ਵਿੱਚ ਹਰ ਇੱਕ ਲਾਈਨਰ ਇਕੁਏਸ਼ਨ ਹੁੰਦੀ ਹੈ ਇਸ ਲਈ ਇਹਨਾਂ ਨੂੰ ਧਿਆਨ ਦੇ ਨਾਲ ਸਮਝਣਾ ਓਕੇ ਰਾਈਟ ਅੱਜ ਦਾ ਸੈਸ਼ਨ ਸ਼ੁਰੂ ਕਰਦੇ ਆ ਜਿਸ ਦੇ ਵਿੱਚ ਅਸੀਂ ਪ੍ਰੀਤਮ ਸਿੰਘ ਸਫੀਰ ਨੂੰ ਕਰਨਾ ਹੈ ਅਸੀਂ ਦੂਸਰੀ ਵਾਰੀ ਮਾਸਟਰ ਕੇਡਰ ਦਾ ਸਿਲੇਬਸ ਪੂਰਾ ਕਵਰ ਕਰ ਰਹੇ ਹਾਂ ਪਹਿਲਾਂ ਵੀ ਤੁਹਾਨੂੰ ਪਲੇਲਿਸਟ ਦੇ ਵਿੱਚ ਸਿਲੇਬਸ ਮਿਲ ਜੂਗਾ ਬਟ ਉਸ ਦੇ ਵਿੱਚ ਜਿਹੜੇ ਕੁਐਸਚਨਸ ਹੈਗੇ ਨੇ ਬਿਲਕੁਲ ਅਲੱਗ ਨੇ ਓਕੇ ਤੇ ਮੈਂ ਅਕਸਰ ਹੀ ਤੁਹਾਨੂੰ ਇੱਕ ਗੱਲ ਕਹਿੰਦੀ ਹੁੰਦੀ ਆ ਕਿ ਜਿਹੜੇ ਬੱਚੇ ਲਾਈਵ ਕਲਾਸ ਲਗਾਉਂਦੇ ਆ ਨਾ ਔਰ ਰਿਕਾਰਡਿੰਗ ਦੇਖਣ ਵਾਲੇ ਬੱਚਾ ਨਾਲੋਂ ਜ਼ਿਆਦਾ ਹਾਸਿਲ ਕਰਦੇ ਹੈ ਜ਼ਿਆਦਾ ਅੱਛੀ ਤਰ੍ਹਾਂ ਪੜ੍ਹਦੇ ਹੈ ਔਰ ਜਲਦੀ ਕ੍ਰੈਕ ਕਰਦੇ ਨੇ ਐਗਜ਼ਾਮ ਓਕੇ ਤਾਂ ਇਸ ਲਈ ਪੂਰੀ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਲਾਈਵ ਸੈਸ਼ਨ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜੁੜਿਆ ਕਰੋ ਓਕੇ 8 ਵਜੇ ਸਟਾਰਟ ਹੁੰਦੀ ਹੈ ਕਲਾਸ ਤੇ ਮੈਨੂੰ ਸਿਰਫ ਔਰ ਸਿਰਫ ਇਹ ਚਾਹੀਦਾ ਹੁੰਦਾ ਹੈ ਕਿ ਤੁਸੀਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਦੈਟ ਇਜ਼ ਇਟ ਉਹਦੇ ਨਾਲ ਹੀ ਇੱਕ ਟੀਚਰ ਦਾ ਤਾਂ ਦਿਨ ਬਣ ਜਾਂਦਾ ਹੈ ਹੈਨਾ ਤਾਂ ਮੇਰੇ ਲਈ ਇੰਨੀ ਬਹੁਤ ਵੱਡੀ ਗੱਲ ਹੋਏਗੀ ਓਕੇ ਤਾਂ ਚਲੋ ਸ਼ੁਰੂ ਕਰਦੇ ਹਾਂ ਫਿਰ ਅੱਜ ਦੇ ਸੈਸ਼ਨ ਨੂੰ ਸਭ ਤੋਂ ਪਹਿਲਾ ਕੁਐਸਚਨ ਦੇਖਾਂਗੇ Pritam Singh Safir ਨੂੰ ਕੀ ਕਿਹਾ ਜਾਂਦਾ ਹੈ ਗੀਤਾਂ ਦਾ ਬਾਦਸ਼ਾਹ ਭਾਸ਼ਾਂ ਦਾ ਬਾਦਸ਼ਾਹ ਲਿਖਤ ਦਾ ਬਾਦਸ਼ਾਹ ਪੰਜਾਬੀ ਦਾ ਬਾਦਸ਼ਾਹ ਆਨਸਰ ਕਰਨਾ ਜੀ ਪਹਿਲੇ ਪ੍ਰਸ਼ਨ ਦੇ ਲਈ ਨਮਸਤੇ ਸਸ਼ੀਕਾਲ ਹਲੋ ਗੁੱਡ ਈਵਨਿੰਗ एवरीवन ਹਾਂਜੀ ਜੀ ਆਨਸਰ ਕਰੋ ਪਹਿਲੇ ਦਾ ਕੀ ਹੋਏਗਾ Pritam Singh Safir ਨੂੰ ਕੀ ਕਿਹਾ ਜਾਂਦਾ ਹੈ yes please ਸਸ਼ੀਗਰ ਰਮਨ ਜੀ ਜੀ ਪਹਿਲੇ ਦਾ ਆਨਸਰ A ਔਰ B ਦੋ ਆ ਗਿਆ ਹੈ ਹੈਨਾ ਚਲੋ ਦੇਖਦੇ ਆ ਫਿਰ ਕਿੰਦਾ ਆਨਸਰ ਸਹੀ ਹੈ ਜਿਨ੍ਹਾਂ ਨੇ ਆਨਸਰ ਕੀਤਾ ਦੋ ਮਤਲਬ ਕਿ ਬਾਸ਼ਾ ਦਾ ਬਾਦਸ਼ਾ ਉਹਨਾਂ ਦਾ ਆਨਸਰ ਹੈ ਬਿਲਕੁਲ ਸਹੀ ਓਕੇ ਸਾਨੂੰ ਪਤਾ ਹੈ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਮਲਕਪੁਰ ਪਿੰਡ ਵਿੱਚ ਜਨਮ ਹੁੰਦਾ ਹੈ ਰਾਈਟ ਇਹਨਾਂ ਦੀਆਂ ਰਚਨਾਵਾਂ ਨੂੰ ਜਦੋਂ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਸਭ ਤੋਂ ਜ਼ਿਆਦਾ ਜਿਹੜਾ ਪ੍ਰਭਾਵ ਹੈ ਉਹ ਪੋਠੋਹਾਰੀ ਭਾਸ਼ਾ ਦਾ ਮਿਲਦਾ ਹੈਗਾ ਆ ਤੇ ਇਹਨਾਂ ਦੀ ਭਾਸ਼ਾ ਦੀ ਖੂਬਸੂਰਤੀ ਨੂੰ ਦੇਖ ਕੇ ਉਹਦੇ ਲੈਵਲ ਨੂੰ ਦੇਖ ਕੇ ਇਨਨੂੰ ਕੀ ਬੋਲਿਆ ਜਾਂਦਾ ਹੈ ਪਾਸ਼ਾ ਦਾ ਬਾਦਸ਼ਾ ਠੀਕ ਹੈ ਜੀ ਅੱਗੇ ਦੇਖਦੇ ਹਾਂ ਦੂਸਰਾ ਪ੍ਰਸ਼ਨ ਪ੍ਰੀਤਮ ਸਿੰਘ ਸਫੀਰ ਦਿੱਲੀ ਦੀ ਹਾਈ ਕੋਰਟ ਵਿੱਚ ਜੱਜ ਕਦੋਂ ਨਿਯੁਕਤ ਹੋਏ 1969 1960 1958 ਜਾਂ ਫਿਰ 1947 ਐਬਸੋਲੂਟਲੀ ਰਾਈਟ ਪਹਿਲੇ ਦਾ ਜਿਨ੍ਹਾਂ ਨੇ ਬੀ ਆਨਸਰ ਕੀਤਾ ਹੈ ਵੈਰੀ 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 ਆਸਮ ਚਲੋ ਹੁਣ ਫਟਾਫਟ ਮੂਵ ਔਨ ਕਰੋ ਦੂਸਰੇ ਕੁਐਸਚਨ ਦੇ ਵੱਲ ਤੇ ਜਲਦੀ ਤੋਂ ਜਲਦੀ ਆਨਸਰ ਕਰੋ ਡੈਲੀ ਹਾਈ ਕੋਰਟ ਦੇ ਵਿੱਚ ਜੱਜ ਕਦੋਂ ਨਿਯੁਕਤ ਹੋਏ ਨੇ ਯੈਸ ਪਲੀਜ਼ ਔਰ ਜਦੋਂ ਪ੍ਰੀਤਮ ਸਿੰਘ ਸਫੀਰ ਨੂੰ ਪੜਨਾ ਹੈ ਇਹਨਾਂ ਦੇ ਲਾਅ ਕਰੀਅਰ ਨੂੰ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਦੇਖ ਲੈਣਾ ਲੀਗਲ ਕਰੀਅਰ ਰਾਈਟ ਓਕੇ ਆਨਸਰ ਆ ਰਿਹਾ ਏ ਮਤਲਬ 1969 ਬਿਲਕੁਲ ਸਹੀ ਹੈਗਾ ਆ ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਇਹਨਾਂ ਨੇ ਜਿਹੜੀ ਲਾਅ ਕੀਤੀ ਸੀ ਉਹ ਕਿੱਥੋਂ ਕੀਤੀ ਹੈ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਓਕੇ ਜੀ ਸੌਰੀ ਬੀਏ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ਹੈ ਫਿਰ ਲਾਹੌਰ ਚਲੇ ਗਏ ਸੀ ਅੰਮ੍ਰਿਤਸਰ ਤੋਂ ਤਾਂ ਕਿ ਕੀ ਕਰ ਸਕਣ ਲਾਅ ਕਰ ਸਕਣ ਡਿਗਰੀ ਜਦੋਂ ਕੰਪਲੀਟ ਹੁੰਦੀ ਹੈ ਫਿਰ 1938 ਦੇ ਵਿੱਚ ਇਹ ਆਪਣੀ ਪ੍ਰੈਕਟਿਸ ਨੂੰ ਸਟਾਰਟ ਕਰਦੇ ਨੇ ਓਕੇ ਤੇ ਜਦੋਂ ਫਿਰ ਸਾਡੇ ਦੇਸ਼ ਦੀ ਵੰਡ ਹੋਈ 47 ਦੇ ਵਿੱਚ ਉਦੋਂ ਇਹ ਕਿੱਥੇ ਆ ਜਾਂਦੇ ਆ ਦਿੱਲੀ ਆ ਜਾਂਦੇ ਨੇ ਅ ਸੰਦੀਪ ਜੀ ਅ ਦਿਸੰਬਰ ਤੋਂ ਬਾਅਦ ਪੂਰੇ ਚਾਂਸਸ ਹੈਗੇ ਆ ਬੱਚਾ ਬਾਕੀ ਤਾਂ ਰੈਸਟ ਗਵਰਨਮੈਂਟ ਨੂੰ ਹੀ ਪਤਾ ਹੈ ਬਟ ਜੋ ਮੈਨੂੰ ਲੱਗਦਾ ਆ ਕਿ ਜਦੋਂ ਤੁਹਾਡਾ ਇਹ ਟੈਟ ਦਾ ਐਗਜ਼ਾਮ ਹੋਣਾ ਆ ਉਸ ਤੋਂ ਬਾਅਦ ਜਲਦੀ ਹੀ ਪੇਪਰ ਆਏਗਾ ਓਕੇ ਬੱਚਾ ਚਲੋ ਤਾਂ ਜਦੋਂ ਆਪਣੇ ਦੇਸ਼ ਦੀ ਵੰਡ ਹੁੰਦੀ ਹੈ ਉਸ ਤੋਂ ਬਾਅਦ ਇਹ ਦਿੱਲੀ ਆ ਜਾਂਦੇ ਆ ਤੇ 1969 ਦੇ ਵਿੱਚ ਇਹ ਡੈਲੀ ਹਾਈ ਕੋਰਟ ਦੇ ਵਿੱਚ ਜੱਜ ਵਜੋਂ ਨਿਯੁਕਤ ਹੁੰਦੇ ਨੇ ਠੀਕ ਹੈ ਓਕੇ ਅੱਗੇ ਦੇਖੀਏ ਤੀਸਰਾ ਕੁਐਸਚਨ ਪ੍ਰੀਤਮ ਸਿੰਘ ਸਫੀਰ ਹੇਠਾਂ ਵਿੱਚੋਂ ਕਿਸ ਪੱਤਰਕਾਰ ਨਾਲ ਨਹੀਂ ਆਣਾ ਪత్రిక ਆਏਗਾ ਠੀਕ ਹੈ ਕਿਸ ਪత్రిక ਨਾਲ ਜੁੜੇ ਰਹੇ ਹਾਂਜੀ ਇਹਦੇ ਲਈ ਗੂਗਲ ਨੂੰ ਮਾਫ ਕਰਨਾ ਚਲੋ ਦੇਖੀਏ ਜੀ ਅਕਾਲੀ ਪత్రిక ਕੁੰਦਨ ਮਾਸਿਕ ਪత్రిక ਦੋਨੋਂ पंजाबी साहित्य मासिक पत्रिका सारी की आंसर गाया आएगा क्वेश्चन नंबर थ्री दे हाँ जी प्लीज तीसरे प्रश्न ध्यान पढ़ना थोड़ा जा। ट्रिकी हो है राइट और क्वेश्चन का नंबर जरूर पाना है इस च कंजूसी बिल्कुल नहीं करनी और राइट तीसरे का आंसर डी मतलब पंजाबी साहित्य मासिक पत्रिका क्योंकि यह ध्यान रखना ई तक है ਸੰਦੀਪ ਜੀ ਦਾ ਸੀ ਮਤਲਬ ਕਿ ਦੋਨੋਂ ਕਰਮ ਜੀ ਦਾ ਈ ਕਿਸੇ ਦਾ ਡੀ ਮਤਲਬ ਬੜੇ ਮਿਕਸ ਆਨਸਰ ਆਣ ਲੱਗੇ ਓ ਹੋ ਹੋ ਵਾ ਅੰਮ੍ਰਿਤਪਾਲ ਜੀ ਕਹਿੰਦੇ ਪਤਾ ਹੀ ਨਹੀਂ ਕੀ ਬਾਤ ਹੈ ਜਿਨ੍ਹਾਂ ਨੇ ਆਨਸਰ ਕੀਤਾ ਨਾ ਸਾਰੇ ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈ ਮੈਂ ਸੀ ਜਾਣ ਕੇ ਵਿੱਚ ਪਾਇਆ ਸੀ ਕਿਉਂਕਿ ਜਦੋਂ ਆਪਾਂ ਆਪਾ ਆਪਸ਼ਨਸ ਨੂੰ ਦੇਖੀਏ ਤਾਂ ਨਾ ਬੱਚਾ ਕਈ ਵਾਰੀ ਕੀ ਹੁੰਦਾ ਕੁਐਸਚਨ ਸਾਨੂੰ ਆਉਂਦਾ ਹੁੰਦਾ ਆ ਬਟ ਜਦੋਂ ਅਸੀਂ ਆਪਸ਼ਨ ਦੇਖਦੇ ਹਾਂ ਤਾਂ ਨਾ ਟ੍ਰੀਕੀ ਹੋ ਜਾਂਦਾ ਆ कि ਸਾਨੂੰ ਆਪਸ਼ਨ ਤੋਂ ਹੀ ਅਸੀਂ ਭੰਵਲਪੂਸੇ ਵਿੱਚ ਪੈ ਜਾਈਦਾ ਕਿ ਇਹਦਾ ਆਨਸਰ ਕੀ ਹੋਗਾ ਤਾਂ ਇਹ ਤਾਂ ਤੁਸੀਂ ਦੇਖੋ ਐਸ ਕੁਐਸਚਨ ਦੇ ਸਾਰੇ ਆਨਸਰ ਆਏ ਸੀ ਡੀ ਈ ਰਾਈਟ ਬਟ ਐਕਚੁਅਲ ਦੇ ਵਿੱਚ ਇਸਦਾ ਆਨਸਰ ਕੀ ਹੋਣਾ ਹੈ ਸਾਰੇ ਮਤਲਬ ਅਕਾਲੀ ਪత్రిక ਜਿਹੜੀ ਕਿ ਸਪਤਾਹਿਕ ਸੀ ਇਹਦੇ ਨਾਲ ਵੀ ਜੁੜੇ ਰਹੇ ਆ ਮਾਸਿਕ ਪత్రిక ਕੁੰਦਨ ਇਹਦੇ ਨਾਲ ਵੀ ਜੁੜੇ ਰਹੇ ਆ ਮਾਸਿਕ ਪత్రిక ਪੰਜਾਬੀ ਸਾਹਿਤ ਇਹਦੇ ਨਾਲ ਵੀ ਜੁੜੇ ਰਹੇ ਨੇ ਠੀਕ ਹੈ ਤਾਂ ਤਿੰਨੋਂ ਦੇ ਤਿੰਨ ਨੂੰ ਤੁਸੀਂ ਯਾਦ ਰੱਖਣੇ ਆ ਰਾਈਟ ਅੱਗੇ ਚੱਲੀਏ ਅਗੇ ਦੇਖਦੇ ਆ ਪ੍ਰਸ਼ਨ ਨੰਬਰ 4 ਪੰਜ ਨਾਟਕ ਦੀ ਵਿਦਾ ਦੱਸੋ ਇਕਾਂਗੀ ਸੰਗ੍ਰਹਿ ਕਾਵ ਸੰਗ੍ਰਹਿ ਲੇਖ ਸੰਗ੍ਰਹਿ ਗਜ਼ਲ ਸੰਗ੍ਰਹਿ ਜੀ ਵੈਰੀ ਗੁੱਡ ਹਾਂਜੀ ਕਰਮਜੀ ਬਿਲਕੁਲ ਮੈਂ ਦੇਖ ਲਿਆ ਕਈਆਂ ਦਾ ਬਿਲਕੁਲ ਠੀਕ ਸੀਗਾ ਤਾਂ ਅੱਛੀ ਗੱਲ ਹੈ ਮੈਨੂੰ ਮਜ਼ਾ ਆਂਦਾ ਹੈ ਜਦੋਂ ਨਾ ਤੁਹਾਨੂੰ ਇਹ ਸਮਝ ਆ ਜਾਂਦੀ ਕਿ ਸ਼ੈਰਨ मैम ਨੇ ਕੀ ਸੋਚ ਕੇ ਇਹ ਕੁਐਸਚਨ ਪਾਇਆ ਹੋਣਾ ਮਤਲਬ ਤੁਹਾਨੂੰ ਕੁਐਸਚਨ ਪੜ੍ਹਨੇ ਆ ਗਿਆ ਹੈ ਆਂਸਰ ਦੇਖਨੇ ਆ ਗਿਆ ਹੈ ਐਨੇ ਦਿਨਾਂ ਵਿੱਚ ਅਗਰ ਐਸ ਤੱਕ ਵੀ ਆਪਾਂ ਪਹੁੰਚ ਗਏ ਨਾ ਲੈਵਲ ਤੱਕ ਤਾਂ ਸਮਝੋ ਸਾਡੀ ਅੱਧੀ ਤਿਆਰੀ ਹੋ ਚੁੱਕੀ ਹੈ ਫੋਰਥ ਦਾ ਆंसर ए ਆ ਰਿਹਾ ਹੈ ਵੈਰੀ ਗੁੱਡ ਬਿਲਕੁਲ ਠੀਕ ਹੈ ਇਹ ਹੈਗਾ ਜੀ ਇਕਾਂਗੀ ਸੰਗ੍ਰਹਿ ਇਹਦਾ ਪਹਿਲਾ ਪ੍ਰਕਾਸ਼ਨ ਕਦੋਂ ਜੀ 1939 ਠੀਕ ਹੈ ਜੀ ਔਰ 1939 ਦੇ ਵਿੱਚ ਨਾਟਕ ਸੰਗ੍ਰਹਿ ਦੇ ਰੂਪ ਦੇ ਵਿੱਚ ਆਇਆ ਸੀ ਨਾਮ ਕੀ ਹੈ ਪੰਜ ਨਾਟਕ ਓਕੇ ਤਾਂ ਦੇਖੋ ਅਗਰ ਤੁਹਾਨੂੰ ਨਾਟਕ ਸੰਗ੍ਰਹਿ ਆਪਸ਼ਨ ਆਏ ਤੁਸੀਂ ਨਾਟਕ ਸੰਗ੍ਰਹਿ ਕਰ ਦੇਣਾ ਅਗਰ ਤੁਹਾਨੂੰ ਆਪਸ਼ਨ ਇਕਾਂਗੀ ਸੰਗ੍ਰਹਿ ਆਏ ਤਾਂ ਤੁਸੀਂ ਇਕਾਂਗੀ ਸੰਗ੍ਰਹਿ ਆਪਸ਼ਨ ਕਰ ਦੇਣਾ ਕੈਂਦਾ ਮਤਲਬ ਪਹਿਲਾਂ ਤੁਸੀਂ ਆਪਸ਼ਨਸ ਧਿਆਨ ਨਾਲ ਦੇਖਨੇ ਆ ਕਿਉਂਕਿ ਸਭ ਤੋਂ ਜ਼ਿਆਦਾ ਨਾ ਬੱਚਾ ਆਪਾਂ ਨੂੰ ਆਪਸ਼ਨਸ ਹੀ ਕਨਫਿਊਜ਼ ਕਰਦੇ ਨੇ 올 ਰਾਈਟ ਅੱਗੇ ਦੇਖਦੇ ਹਾਂ ਪੰਜਵਾਂ ਕੁਐਸਚਨ ਪ੍ਰੀਤਮ ਸਿੰਘ ਸਫੀਰ ਨੇ ਕਿਹੜਾ ਉਪਨਾਮ ਵਰਤਿਆ ਚੰਦਰਮੁਖ ਬੇਦਿਲ ਦੋਵੇਂ ਕੋਈ ਨਹੀਂ ਪ੍ਰਸ਼ਨ ਨੰਬਰ 5 ਆਨਸਰ ਕਰੋ ਜੀ ਫਟਾਫਟ ਤੁਸੀਂ ਇਹ ਸਮਝਾ ਕਰੋ ਕਿ ਡੇਲੀ 8 ਵਜੇ ਨਾ ਤੁਸੀਂ ਇੱਕ ਪੇਪਰ ਹੀ ਦੇਣ ਆਉਂਦੇ ਹੋ ਇੱਥੇ ਠੀਕ ਹੈ ਨਵਾਂ ਤਾਂ ਸਿੱਖੋਗੇ ਬਟ ਰਿਵੀਜ਼ਨ ਵੀ ਨਾਲ ਹੋਏਗੀ ਜੋ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕੋਈ ਵੀ ਐਗਜ਼ਾਮ ਕ੍ਰੈਕ ਕਰਨਾ ਹੈ ਇੰਡੀਆ ਦਾ ਰਾਈਟ ਈਵਨ ਵਰਲਡ ਦਾ ওকে ਚਲੋ ਆਨਸਰ ਕਰੋ ਪੰਜਵੇਂ ਪ੍ਰਸ਼ਨ ਦੇ ਲਈ ਸ਼ਾਬਾਸ਼ ਪੰਜਵੀਂ ਅਨਸਰ ਸੀ 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 ওকে ਹਰਮੀਤ ਜੀ ਦਾ ਬੀ ਬਾਲੀ ਜੀ ਦਾ ਬੀ ਬਾਕੀਆਂ ਦੇ ਸੀ ਆ ਰਹੇ ਨੇ ਚਲੋ ਰਾਜਵਿੰਦਰ ਜੱਜ ਦਾ ਬੀ ਚਲੋ ਦੇਖਦੇ ਹਾਂ ਬੜੇ ਸਿਆਣੇ ਹੋ ਗਏ ਹੋ ਤੁਸੀਂ ਵੈਰੀ ਗੁੱਡ ਜਿਨ੍ਹਾਂ ਨੇ ਆਨਸਰ ਕੀਤਾ ਬੇਦਿਲ ਬਿਲਕੁਲ ਠੀਕ ਹੈ ਹੁਣ ਜਿਨ੍ਹਾਂ ਨੇ ਸੀ ਆਨਸਰ ਕੀਤਾ ਕੀ ਤੁਸੀਂ ਆਪਣੀ ਗਲਤੀ ਪਕੜ ਸਕਦੇ ਹੋ देखना जरा गलती पकड़ो फटाफट करो जल्दी जल्दी जिन्होंने भी आंसर आ, सी किता बी वाले नहीं पकड़न क्योंकि उन्होंने तो पहले ही पकड़ लिया जल्दी देखो की गलती आ रही है तीन तो फटाफट सी आंसर किया बट बी क्यों सी क्यों नहीं आया देखना जरा हाले भी सी आ रहे हैं कई है। देखो बच्चा सब तो पहली गल इस दा नाम चंद्रमुख नहीं है हाँ इस दा नाम की है सूरजमुख राइट एग्जैक्टली ਤਾਂ ਇਸ ਦਾ ਮਤਲਬ ਇਹਨਾਂ ਨੇ ਦੋ ਉਪਨਾਮ ਵਰਤੇ ਜ਼ਰੂਰ ਸੀ ਤਾਂ ਤੁਸੀਂ ਸਿਰਫ ਇਹ ਯਾਦ ਕਰ ਲਿਆ ਹਾਂਜੀ ਹਾਂਜੀ ਦੋ ਵਰਤੇ ਆ অপਸ਼ਨ ਚ ਦੋਵੇਂ ਹੈਗਾ ਚਲੋ ਜੀ ਚੱਕ ਦੋ ਫੱਟੇ ਰਾਈਟ ਪਰ ਤੁਸੀਂ ਇਹ ਧਿਆਨ ਨਹੀਂ ਦਿੱਤਾ ਕਿ ਪੇਪਰ ਸੈਟਰ ਤੁਹਾਡੇ ਦਿਮਾਗ ਨਾਲ ਵੀ ਤਾਂ ਖੇਲ ਸਕਦਾ ਹੈ ਨਾ ਤਾਂ ਇੱਥੇ ਚੰਦਰਮੁਖ ਜਾਣ ਕੇ অপਸ਼ਨ ਪਾਈ ਗਈ ਹੈ ਸੂਰਜਮੁਖ ਔਰ ਬੇਦਿਲ ਇਹ ਦੋ ਨਾਮ ਹੈਗੇ ਨੇ ਜਿਹੜੇ ਕੀ ਇਹਨਾਂ ਨੇ ਵਰਤੇ ਨੇ ਓਕੇ ਕਿ ਬਾਕੀਆਂ ਨੂੰ ਵੀ ਵੀਡੀਓ ਦੇਖਣ ਚ ਪ੍ਰੋਬਲਮ ਆ ਰਹੀ ਹੈ ਬਿਕਾਜ਼ ਮੇਰਾ ਜਿਹੜਾ ਦੂਸਰਾ ਮੋਬਾਈਲ ਹੈ ਉਹਦੇ ਚ ਐਗਜ਼ੈਕਟ ਸਹੀ ਆ ਰਹੀ ਹੈ ਕਿ ਦੱਸਣਾ ਪਲੀਜ਼ ਬੀਰਬਲ ਜੀ ਨੂੰ ਪ੍ਰੋਬਲਮ ਹੈ ਜਾਂ ਬਾਕੀਆਂ ਨੂੰ ਵੀ ਹੈ ਚੰਦਰਮੁਖ ਨਹੀਂ ਹੈ ਉਸ ਦਾ ਨਾਮ ਸੂਰਜਮੁਖ ਹੈ ਠੀਕ ਹੈ ਚਲੋ ਅੱਗੇ ਦੇਖਦੇ ਹਾਂ ਛੇਵਾਂ ਪ੍ਰਸ਼ਨ ਪ੍ਰੀਤਮ ਸਿੰਘ ਸਫੀਰ ਕਿੰਵੇਂ ਦੌਰ ਦੇ ਕਵੀ ਸਨ ਪਹਿਲੇ ਦੂਜੇ ਤੀਜੇ ਚੌਥੇ ਐਗਜ਼ੈਕਟਲੀ ਬਿਲਕੁਲ ਬਿਲਕੁਲ ਹੁਣ ਤੁਸੀਂ ਕਦੇ ਭੁੱਲੋਗੇ ਨਹੀਂ ਬਸ ਇਹੀ ਚੀਜ਼ਾਂ ਬੱਚਾ ਤੁਸੀਂ ਆਪਣੇ ਆਪ ਨੂੰ ਉਹ ਬਣਾ ਲਓ ਮਾਸਟਰ ਕੀ ਪੇਪਰ ਵਿੱਚ ਕੁਐਸਚਨ ਕੀ ਹੈ ਆਨਸਰ ਕੀ ਹੈ ਅਸੀਂ ਕੀ ਲਗਾਣਾ ਹੈ ਰਾਈਟ ਚਲੋ ਛੇਵੇਂ ਦਾ ਆਨਸਰ ਕਰੋ ਫਟਾਫਟ ਓਕੇ ਬਾਕੀਆਂ ਨੂੰ ਠੀਕ ਹੈ ਬਿਰਬਲ ਜੀ ਇੱਕ ਵਾਰੀ ਐਗਜ਼ਿਟ ਕਰਕੇ ਦੁਬਾਰਾ ਐਂਟਰ ਕਰ ਲਓ ਰਾਈਟ 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 ਥੈਂਕ ਯੂ ਚਲੋ ਛੇਵੇਂ ਦੇ ਲਈ ਆਨਸਰ ਕਰੋ ਪਲੀਜ਼ ਹਮਮ ਛੇਵੇਂ ਲਈ ਆਨਸਰ ਆ ਰਿਹਾ B ਮਤਲਬ ਕਿ A ਹੈਗੇ ਆ ਦੂਜੇ ਦੌਰ ਦੇ ਹੁਣ ਮੈਂ ਤੁਹਾਨੂੰ ਜਿੰਨੀ ਵਾਰੀ ਵੀ ਸਾਹਿਤਕਾਰਾਂ ਦੌਰ ਦੌਰ ਕਰਵਾਇਆ ਉਦੋਂ ਮੈਂ ਤੁਹਾਨੂੰ ਪਹਿਲੇ ਦੂਸਰੇ ਔਰ ਤੀਸਰੇ ਦੌਰ ਦੇ ਕਵੀ ਹਮੇਸ਼ਾ ਕਰਵਾਇਆ ਹੁਣ ਤੱਕ ਦੀਆਂ ਸਾਰੀਆਂ ਵੀਡੀਓਜ਼ 'ਚ ਤਾਂ ਫਟਾਫਟ ਜਿਨ੍ਹਾਂ ਨੂੰ ਯਾਦ ਹੈ ਉਹ ਪਹਿਲੇ ਦੂਜੇ ਤੇ ਤੀਜੇ ਦੌਰ ਦੇ ਜਿੰਨੇ ਕਵੀ ਯਾਦ ਰੱਖ ਸਕਦੇ ਹੋ ਉਹ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਗੇ ਅੱਜ ਮੈਂ ਨਹੀਂ ਕਰਵਾ ਰਹੀ ਤੁਸੀਂ ਦੱਸੋਗੇ ਠੀਕ ਹੈ ਅਗਰ ਤੁਹਾਡੇ 'ਚ ਕੋਈ ਵੀ ਆਨਸਰ ਨਹੀਂ ਆਇਆ ਫਿਰ ਮੈਂ ਡੈਫੀਨਿਟਲੀ ਅੱਜ ਫੇਰ ਤੋਂ ਦੱਸ ਦੂੰਗੀ ਪਹਿਲੇ ਦੂਸਰੇ ਤੀਸਰੇ ਦੌਰ ਦੇ ਕਵੀ 올 ਰਾਈਟ ਚਲੋ ਅੱਗੇ ਚੱਲੀਏ ਸਤਵਾਂ ਪ੍ਰਸ਼ਨ ਹੈ ਪ੍ਰੀਤਮ ਸਿੰਘ ਸਫੀਰ ਨੇ ਕਿਸ ਵਿਚਾਰਧਾਰਾ ਵਿੱਚ ਰਚਨਾ ਕੀਤੀ ਭਗਤੀਵਾਦੀ ਰੋਮਾਂਸਵਾਦੀ ਰਹਸਵਾਦੀ ਤਿੰਨ ਨੂੰ ਹੁਣ ਇਹਦਾ ਆਨਸਰ ਬਹੁਤ ਸੋਚ ਸਮਝ ਕੇ ਕਹਨਾ ਪਲੀਜ਼ ਹਾਂ ਚਲੋ ਫਟਾਫਟ ਦੱਸੋ ਉਹਨਾਂ ਦੇ ਵਿਚਾਰਧਾਰਾ ਸੱਤਵੇਂ ਕੁਐਸਚਨ ਦੇ ਲਈ ਯੈਸ ਪਲੀਜ਼ ਨੀਤੂ ਜੀ ਦਾ ਆਨਸਰ ਆ ਰਿਹਾ ਹੈ ਭਾਈ ਵੀਰ ਸਿੰਘ ਚਾਤਰੀ ਕਰਨ ਸਿੰਘ ਕਾਲੇਪਨੀ 올 ਰਾਈਟ ਐਨੀਥਿੰਗ ਐਨੀਵਨ ਐਲਸ ਪੁਰਨ ਸਿੰਘ ਵੀ ਫਰਸਟ ਗ੍ਰੇਟ ਸੈਵਨਥ ਦਾ ਆਨਸਰ ਆ ਰਿਹਾ ਹੈ ਡੀ ਮਤਲਬ ਕਿ ਤਿੰਨੋ ਚਲੋ ਦੇਖੀਏ ਫਿਰ ਕੀ ਹੈ ਬਿਲਕੁਲ ਸਹੀ ਉੱਤਰ ਇਹਨਾਂ ਦੀ ਵਿਚਾਰਧਾਰਾ ਤਿੰਨ ਤਰ੍ਹਾਂ ਦੀ ਹੈ ਜਦੋਂ ਇਹਨਾਂ ਦੀ ਰਚਨਾਵਾਂ ਦੇਖੋਗੇ ਇਹਨਾਂ ਨੇ ਤਿੰਨ ਪ੍ਰਕਾਰ ਦੀ ਵਿਚਾਰਧਾਰਾ ਦੇ ਵਿੱਚ ਰਚਨਾਵਾਂ ਕੀਤੀਆਂ ਇੱਕ ਹੈ ਪ੍ਰਗਤੀਵਾਦੀ ਦੂਸਰਾ ਹੈ ਰੋਮਾਂਸਵਾਦੀ ਤੀਸਰਾ ਹੈ ਰਹੱਸਵਾਦੀ ਜਦੋਂ ਤਾਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਲਿਖਣ ਦੀ ਓਕੇ ਉਸ ਟਾਈਮ ਦੇ ਉੱਪਰ ਇਹਨਾਂ ਨੇ ਪ੍ਰਗਤੀਵਾਦੀ ਰਚਨਾਵਾਂ ਲਿਖੀਆਂ ਸੀ ਓਕੇ ਫਿਰ ਜਦੋਂ ਇਹ ਇੱਕ ਰਚਨਾ ਕਰਦੇ ਨੇ ਜੀ ਆਦ ਜੁਗਾਦ ਨਾਮ ਦੀ ਐਦੇ ਤੋਂ ਬਾਅਦ ਇਹ ਕੀ ਹੈ ਜੀ ਰੁਮਾਂਸਵਾਦ ਵੱਲ ਮੁੜਨਾ ਸਟਾਰਟ ਕਰ ਦਿੰਦੇ ਨੇ ਓਕੇ ਇਸ ਕਰਕੇ ਇਹਨਾਂ ਦੀਆਂ ਸਾਰੀਆਂ ਰਚਨਾਵਾਂ ਨੂੰ ਓਵਰਰੋਲ ਦੇਖਾਂਗੇ ਵੈਰੀ ਗੁੱਡ ਆਜਾਜੀ ਸ਼ਾਬਾਸ਼ ਨੀਤੂ ਜੀ ਤਾਂ ਇਹਦੇ ਵਿੱਚ ਸਾਨੂੰ ਸਾਰੇ ਹੀ ਵਿਚਾਰਧਾਰਾਵਾਂ ਮਿਲ ਜਾਂਦੀਆਂ ਹਨ ਪ੍ਰਗਤੀਵਾਦੀ ਵੀ ਰੁਮਾਂਸਵਾਦੀ ਵੀ ਆਂਡ ਰਹਸਵਾਦੀ ਵੀ 올 ਰਾਈਟ ਚਲੋ ਅਠਵਾਂ ਦੇਖੋ ਕੱਤਕ ਕੁੰਜਾਂ ਦਾ ਸਾਲ ਦੱਸੋ 1941 43 46 58 8ਵੇਂ ਪ੍ਰਸ਼ਨ ਦੇ ਲਈ ਆਨਸਰ ਕੱਤਕ ਕੁੰਜਾਂ ਦੇ ਲਈ ਸ਼ਾਬਾਸ਼ ਯੈਸ ਪਲੀਜ਼ ਹਾਂਜੀ 8ਵੇਂ ਦੇ ਲਈ ਆਨਸਰ ਸ਼ਾਬਾਸ਼ ਹੂੰਹ ओके 8ਵੰਦੇ ਲਈ ਇਹ ਆਨਸਰ ਆ ਰਿਹਾ ਬਿਲਕੁਲ ਜਿਨ੍ਹਾਂ ਨੇ ਆਨਸਰ 1941 ਕੀਤਾ ਹੈ ਬਿਲਕੁਲ ਸਹੀ ਉੱਤਰ ਹੈ ਸਭ ਤੋਂ ਪਹਿਲੀ ਚੀਜ਼ ਪਹਿਲਾ ਕਾਵ ਸੰਗ੍ਰਹਿ ਕਿਹੜਾ ਆਨਸਰ ਕੀ ਹੋਊਗਾ ਜੀ ਕਤਕਕੁੰਜਾ ਦੂਸਰੀ ਗੱਲ ਸਾਲ ਕਿਹੜਾ ਆ 1941 ਕਿਸ ਤਰ੍ਹਾਂ ਦੇ ਖਿਆਲ ਇਸ ਦੇ ਵਿੱਚ ਪੇਸ਼ ਕੀਤੇ ਗਏ ਆ ਆਨਸਰ ਕੀ ਹੋਏਗਾ ਇਨਕਲਾਬੀ ਖਿਆਲ ਪੇਸ਼ ਕੀਤੇ ਗਏ ਨੇ ਦੂਸਰੀ ਗੱਲ ਹੋਰ ਕਿਹੜੀ ਚੀਜ਼ ਪੇਸ਼ ਹੋਈ ਹੈ ਇਸਤਰੀ ਦੀ ਮੰਦ ਹਾਲੀ ਦੇ ਬਾਰੇ ਦੱਸਿਆ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਇਹਦੇ ਵਿੱਚ ਕਿਹੜਾ ਸੂਰ ਪ੍ਰਧਾਨ ਹੋਏਗਾ ਪ੍ਰਗਤੀਵਾਦੀ ਸਮਾਜਵਾਦੀ ਵਿਅਕਤੀਵਾਦੀ ਸਮਝ ਗਏ ਤਾਂ ਦਿਸ ਇਜ਼ 올 ਅਬਾਊਟ ਕਤਕ ਕੁੰਜਾ ਅੱਗੇ ਦੇਖਦੇ ਹਾਂ ਨੋਵਾਂ ਪ੍ਰਸ਼ਨ ਪ੍ਰੀਤਮ ਸਿੰਘ ਸਫੀਰ ਦੀਆਂ ਸਮੁੱਚੀਆਂ ਰਚਨਾਵਾਂ ਦਾ ਸੰਗ੍ਰਹਿ ਦੱਸੋ ਆਪੇ ਬਹੌਰੰਗੀ ਅਨਿਕ ਵਿਸਥਾਰ ਰક્ત ਬੂੰਦਾਂ ਸਰਬ ਨਿਰੰਤਰ ਵੈਰੀ ਗੁੱਡ ਵੈਰੀ ਗੁੱਡ ਆਜ਼ਾਦੀ ਆਸਮ ਚਲੋ ਨੋਮੀ ਲਈ ਆਨਸਰ ਕਰੋ ਸਮੁੱਚੀਆਂ ਰਚਨਾਵਾਂ ਦਾ ਸੰਗ੍ਰਹਿ ਆਪਸ਼ਨਸ ਧਿਆਨ ਨਾਲ ਪੜੋ ਨਾਮ ਦੇ ਵਿੱਚ ਹੀ ਆਨਸਰ ਹੈ ਸਮੁੱਚੀਆਂ ਸਾਰੀਆਂ ਕੀ ਆਨਸਰ ਆਣਾ ਚਾਹੀਦਾ ਨੋਮੀ ਦਾ ਗੁੱਡ ਯੈਸ ਨੋਮੀ ਦਾ A ওকে okay. D ਐਬਸੋਲੂਟਲੀ ਰਾਈਟ right. ਜਿਨ੍ਹਾਂ ਨੇ ਵੀ ਆਨਸਰ ਕੀਤਾ ਸਰਬਨਿਰੰਤਰ ਸਰਬ ਮਤਲਬ ਸਾਰਾ ਸਾਰੀਆਂ ਰਚਨਾਵਾਂ ਸਮੁੱਚੀਆਂ ਰਚਨਾਵਾਂ ਸਰਬਨਿਰੰਤਰ ਨਾਮ ਤੋਂ ਹੀ ਤੁਸੀਂ ਇਹਨੂੰ ਯਾਦ ਰੱਖ ਲੈਣਾ ਹੈ ਠੀਕ ਹੈ ਜੀ ਸਰਬਨਿਰੰਤਰ ਵਿੱਚ ਪ੍ਰੀਤਮ ਸਿੰਘ ਸਫੀਰ ਦੀਆਂ ਸਾਨੂੰ ਸਮੁੱਚੀਆਂ ਰਚਨਾਵਾਂ ਦਾ ਸੰਗ੍ਰਹਿ ਮਿਲੇਗਾ ਓਕੇ ਆਪੇ ਬਹੁ ਰੰਗੀ ਐਦਾ ਤੁਹਾਨੂੰ ਸਾਲ ਕਿਹੜਾ ਮਿਲੇਗਾ 1998 ਨੈਕਸਟ ਹੈ ਅਨੇਕ ਵਿਸਤਾਰ ਇਸ ਦਾ ਸਾਲ ਮਿਲੇਗਾ 1980 ਰક્ત ਬੂੰਦਾਾਂ इस तरह तो साल मिलेगा उन्नीस सौ छियाली ठीक है जी नैक्सट देखते हैं दसव प्रश्न आदि जुगाद किस प्रकार की रचना है इनकलाबी धार्मिक अध्यात्मक रसवाद रोमांटिक प्रश्न नंबर दस आदि जुगाद के लिए आंसर करो प्लीज बिल्कुल सरब निरंतर उन्नीस सौ सतासी एपसोल्यूटली राइट भुपिंदर जी आजाद जी वेरी गुड ਜੀ 10ਵੇਲੇ ਆਨਸਰ ਕੀ ਹੋਏਗਾ 10ਵੇਲੇ ਸੀ ਆਨਸਰ ਐਬਸੋਲੂਟਲੀ ਰਾਈਟ ਜਿਨ੍ਹਾਂ ਨੇ ਵੀ ਅਧਿਆਤਮਕ ਰਹੱਸਵਾਦ ਦਾ ਆਨਸਰ ਕੀਤਾ ਆਦ ਜੁਗਤ ਦਾ ਸਾਲ ਕੀ ਹੈਗਾ ਆ 1958 ਰਾਈਟ ਦੂਸਰੀ ਚੀਜ਼ ਇਹਦੇ ਵਿੱਚ ਸਾਨੂੰ ਕਿਸ ਪ੍ਰਕਾਰ ਦੇ ਵਿਸ਼ੇ ਮਿਲਣਗੇ ਇਹਦੇ ਵਿੱਚ ਕ੍ਰਾਂਤੀਕਾਰੀ ਵਿਸ਼ਿਆਂ ਨੂੰ ਛੋਇਆ ਗਿਆ ਆ ओके व्यंगात्मक प्रवृत्ति ਦੀ ਵਰਤੋਂ ਕੀਤੀ ਗਈ ਹੈ ਇੰਪੋਰਟੈਂਟ ਰਚਨਾਵਾਂ ਇਹਦੇ ਵਿੱਚ ਕਿਹੜੀਆਂ ਨੇਲ ਹਿਰੋਸ਼ੀਮਾ ਨਾਗਾਸਾਕੀ ओके ਇਹਨਾਂ ਤਿੰਨਾਂ ਦੇ ਬਾਰੇ ਵਿੱਚ ਡਿਟੇਲ ਮੈਂ ਤੁਹਾਨੂੰ ਕਰਵਾਈ ਹੋਈ ਹੈ ਜਦੋਂ ਮੈਂ ਤੁਹਾਨੂੰ ਅੱਜ ਤੋਂ 5 ਮਹੀਨੇ ਪਹਿਲਾਂ ਵਾਲਾ ਅਧੁਨਿਕ ਕਾਵ ਕਰਵਾਇਆ ਸੀ ਪ੍ਰੀਤਮ ਸਿੰਘ سفیر ਦਾ ਰਾਈਟ ਉਹ ਪਲੇਲਿਸਟ ਮਿਲ ਜਾਏਗੀ ਤੁਹਾਨੂੰ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਲੈਣਾ ਇੱਕ ਵਾਰ ਜ਼ਰੂਰ ਸੋ ਥੈਟ ਕਿ ਤੁਹਾਨੂੰ ਡਿਟੇਲ ਆ ਜਾਈ ਓਕੇ ਅੱਗੇ 11ਵਾਂ ਪ੍ਰੀਤਮ ਸਿੰਘ ਸਫੀਰ ਦੀ ਵਾਰਤਕ ਰਚਨਾ ਦੱਸੋ ਤੁਰਕੀ ਬਾਨੀ ਹੀਰੋਸ਼ੀਮਾ ਨਾਗਾਸਾਕੀ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਅਪਾਰ ਅਨੂਪ 11ਵੇਂ ਪ੍ਰਸ਼ਨ ਦੇ ਲਈ ਗੁੰਤਾਜ ਜੀ ਸਤਿ ਸ਼੍ਰੀ ਅਕਾਲ ਓਕੇ ਚਲੋ 11ਵੇਂ ਦੇ ਲਈ ਆਨਸਰ ਕਰੋ ਸ਼ਾਬਾਸ਼ ਵਾਰਤਕ ਰਚਨਾ ਇਹ ਆਨਸਰ ਆ ਰਿਹਾ ਹੈ ਤੁਰਕੀ ਬਾਨੀ ਬਿਲਕੁਲ ਸਹੀ ਉੱਤਰ ਹੈਗਾ ਆ ਇਹਨਾਂ ਦੀ ਸਾਨੂੰ ਜਿਹੜੀ ਇੱਕੋ ਇੱਕ ਵਾਰਤਕ ਰਚਨਾ ਆ ਉਹ ਕਦੋਂ ਮਿਲੇਗੀ 1975 ਦੇ ਵਿੱਚ ਪੰਜਾਬੀ ਵਿੱਚ ਠੀਕ ਹੈ ਜੀ ਕਿਹੜੀ ਹੈ ਤੁਰਕੀ ਬਾਣੀ ਪਰ ਇਹਦੇ ਤੋਂ ਬਿਨਾ ਇਹਨਾਂ ਨੇ ਇੰਗਲਿਸ਼ ਦੇ ਵਿੱਚ ਵੀ ਵਾਰਤਕ ਰਚਨਾਵਾਂ ਕੀਤੀਆਂ ਆ ਤਿੰਨ ਹੈ ਕਿਹੜੀਆਂ 10 होली ਮਾਸਟਰਸ ਐਂਡ देयर ਕਮੈਂਡਮੈਂਟਸ ਦੈਨ ਦ 10th ਮਾਸਟਰ ਅ ਸੌਰੀ ਅ ਸਟਡੀ ਆਫ ਭਾਈ ਵੀਰ ਸਿੰਘਸ ਪੋਇਟਰੀ ਰਾਈਟ ਤਾਂ ਇਹ ਇਹਨਾਂ ਦੇ ਅੰਗਰੇਜ਼ੀ ਦੇ ਵਾਰਤਕ ਹੈ ਪੰਜਾਬੀ ਦੇ ਵਿੱਚ ਤੁਰਕੀ ਬਾਣੀ ਆ 올 ਰਾਈਟ 12ਵਾਂ ਪ੍ਰੀਤਮ ਸਿੰਘ ਸਫੀਰ ਨੇ ਸਰਬ ਕਲਾ ਵਿੱਚ ਕਿਨਾ ਦੀ ਮਹਾਨ ਸ਼ਖਸੀਅਤ ਨੂੰ ਦਿਖਾਇਆ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 12ਵੇਂ ਦੇ ਲਈ ਫਟਾਫਟ ਆਨਸਰ ਕਰੋ ਸ਼ਾਬਾਸ਼ ਜੀ 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 ਬਿਲਕੁਲ ਵੈਰੀ ਗੁੱਡ 1975 ਐਬਸੋਲੂਟਲੀ ਰਾਈਟ ਐਬਸੋਲੂਟਲੀ ਰਾਈਟ ਚਲੋ 12th ਲਈ ਆਨਸਰ ਕਰੋ ਫਟਾਫਟ 12th ਲਈ ਤੁਹਾਡਾ ਆਨਸਰ C ਐਂਡ D ਦੋ ਆ ਰਹੇ ਆ ਚਲੋ ਦੇਖਦੇ ਆ ਫਿਰ ਕਿਹਦਾ ਸਹੀ ਹੈ ਜਿਨ੍ਹਾਂ ਨੇ ਆਨਸਰ ਕੀਤਾ D ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈ ਸਰਬਕਲਾਇਆ ਨਾ ਸਰਬਕਲਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਬਾਰੇ ਇਹਨਾਂ ਨੇ ਦਿਖਾਇਆ ਨਾਲ ਦੇ ਨਾਲ ਇਹਦੇ ਵਿੱਚ ਇਹਨਾਂ ਨੇ ਨਵ ਰਸਵਾਦ ਦੀ ਵਰਤੋਂ ਕੀਤੀ ਆ ਓਕੇ ਰਾਈਟ 13ਵਾਂ Pritam Singh Safir ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਇਹ ਤਾਂ ਸਾਰਿਆਂ ਨੇ ਦੇ ਦੇਣਾ ਮੈਨੂੰ ਪਤਾ ਆਈ ਨੋ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੋਣਾ ਹੈ ਅਨਿਕ ਵਿਸਤਾਰ ਅੰਮ੍ਰਿਤ ਬੂੰਦ ਮਾਵਾਂ ਕੱਖਾਂ ਦੀ ਕੁਲੀ 13ਵਾਂ ਪ੍ਰਸ਼ਨ ਲਈ ਯੈਸ ਪਲੀਜ਼ ਆਨਸਰ ਜਿਹੜਾ ਕੁਐਸਚਨ ਤੁਸੀਂ ਇੱਥੇ ਗਲਤ ਕਰ ਦਿੱਤਾ ਨਾ ਉਹ ਪੇਪਰ 'ਚ ਕਦੀ ਗਲਤ ਨਹੀਂ ਹੋਣਾ ਮੇਰੇ ਕੋਲ ਲਿਖਵਾ ਕੇ ਲੈ ਲਓ ਓਕੇ 13ਵੇਂ ਲਈ a ਅਨਿਕ ਵਿਸਤਾਰ ਕੀ ਬਾਤ ਹੈ ਬਿਲਕੁਲ ਸਹੀ ਉੱਤਰ ਹੈ ਹੁਣ ਦੇਖਦੇ ਆ ਕਦੋਂ ਮਿਲਦਾ ਆ ਸਾਹਿਤ ਅਕਾਦਮੀ ਵਾਰਡਨ ਨੂੰ 1983 ਵਿੱਚ ਮਿਲਿਆ ਅਨੇਕ ਵਿਸਤਾਰ ਲਈ ਠੀਕ ਹੈ ਐਂਡੇ ਤੋਂ ਬਿਨਾ ਤੁਸੀਂ ਇਹ ਇੱਕ ਯਾਦ ਰੱਖ ਲੈਣਾ ਕਿ ਭਾਸ਼ਾ ਵਿਭਾਗ ਪੰਜਾਬ ਨੇ ਵੀ ਇਹਨਾਂ ਨੂੰ ਅਵਾਰਡ ਦਿੱਤਾ ਸੀ ਕਿਹੜਾ ਜੀ ਸ਼੍ਰੋਮਣੀ ਸਾਹਿਤਕਾਰ ਦਾ ਠੀਕ ਹੈ ਪੁੱਪੀ ਜੀ ਅੱਜ ਫੇਰ ਲੇਟਾਂ ਬੱਚਾ ਆਪਾਂ ਇਟਸ 8:20 ਨਾਓ ਹੈ ਨਾ 13 ਕੁਐਸਚਨਸ ਤਾਂ ਹੋ ਵੀ ਗਏ ਥੋੜਾ ਜਿਹਾ ਬੱਤ ਜੀ ਥੋੜਾ ਜਲਦੀ ਆਉਣ ਦੀ ਕੋਸ਼ਿਸ਼ ਕਰਿਆ ਕਰੋ ਓਕੇ ਚਲੋ ਅੱਗੇ ਚਲੀਏ ਰਾਈਟ 14ਵਾਂ ਪ੍ਰੀਤਮ ਸਿੰਘ ਸਫੀਰ ਨੂੰ ਕਿਸ ਧਾਰਾ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ ਬૌਧਿਕ ਸਾਹਿਤਿਕ ਕਾਨੂੰਨੀ ਰਹੱਸਵਾਦੀ ਨਾਲ ਧਾਰਾ ਧਾਰਾ ਆਪੇ ਪੜ੍ਹ ਲਓ ਓਕੇ ਚਲੋ ਜੀ ਕਰੋ ਆਨਸਰ 14ਵੇਂ ਦਾ ਕਿਹੜੀ ਧਾਰਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਸ਼ਾਬਾਸ਼ ਕੋਈ ਨਾ ਬੱਚਾ ਬਸ ਟਾਈਮ ਤੇ ਆਣਾ ਹੈ ਸੌਰੀ ਕਾ ਦੇ ਲਈ ਕੋਈ ਨਾ ਕੱਲ ਤੋਂ ਸਹੀ ਆਰੇ ਵਾ ਆਜ਼ਾਦੀ ਗੁੱਡ ਪੁਆਇੰਟਸ ਐਕਚੁਅਲੀ 14ਵੇ ਲਈ ਫਿਰ ਦੋ ਆਨਸਰ ਆ ਗਿਆ 3 ਆ ਗਿਆ ਓਕੇ ਏ ਸੀ ਡੀ ਤਾਂ ਇਸ ਦਾ ਆਨਸਰ ਕੀ ਹੈ ਬૌਧਿਕ ਮੈਨੂੰ ਪਤਾ ਹੈ ਕਾਨੂੰਨੀ ਤੁਸੀਂ ਕਿਉਂ ਲਿਖਿਆ ਹੋਣਾ ਕਿਉਂਕਿ ਇਹਨਾਂ ਨੇ ਲਾਅ ਦੀ ਡਿਗਰੀ ਕੀਤੀ ਹੈ ਕਿਉਂਕਿ ਇਹ ਜੱਜ ਸੀਗੇ ਓਕੇ ਇਸ ਲਈ ਕੀਤਾ ਹੋਏਗਾ ਤੇ ਰਹਾਸਵਾਦੀ ਨਹੀਂ ਹੈਗੇ ਨਵਰਾ ਹਸਵਾਦੀ ਸੀ ਇਸ ਲਈ ਡੀ ਬਿਲਕੁਲ ਨਹੀਂ ਆ ਸਕਦਾ ਫੇਰ ਸਾਡੇ ਕੋਲ ਆਪਸ਼ਨ ਕਿਹੜੀ ਬੱਝਦੀ ਹੈ ਬੋਧਿਕ ਕਿਉਂਕਿ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਕੀ ਦਿਖਾਈ ਦਿੰਦਾ ਹੈ ਬੋਧਿਕ ਅੰਸ਼ ਪ੍ਰਦਾਨ ਹੈ ਓਕੇ ਥੈਟ ਇਜ਼ ਵਾਈ ਇਹਨਾਂ ਨੂੰ ਕਿਹਾ ਜਾਂਦਾ ਹੈ ਬੋਧਿਕ ਧਾਰਾ ਓਕੇ ਇਸ ਨਾਮ ਨਾਲ ਇਹਨੂੰ ਜਾਣਦੇ ਨੇ ਅੱਗੇ 15ਵਾਂ ਪ੍ਰੀਤਮ ਸਿੰਘ ਸਫੀਰ ਦੇ ਅਨੁਸਾਰ ਕ੍ਰਾਂਤੀ ਦੀ ਪ੍ਰੇਰਕ ਸ਼ਕਤੀ ਕੀ ਹੈ ਪਿਆਰ ਧਰਮ ਦੇਸ਼ ਭਗਤੀ ਬੋਧਿਕ ਪੰਧਰ 15ਵੇਂ ਲਈ ਕੀ ਆਨਸਰ ਹੋਏਗਾ ਕ੍ਰਾਂਤੀ ਦੀ ਪ੍ਰੇਰਕ ਸ਼ਕਤੀ ਸ਼ਾਬਾਸ਼ ਦੇਖੋ ਮੈਂ ਕਦੀ ਨਾ ਕਿਸੇ ਤੋਂ ਕਾਪੀ ਕਰਕੇ ਤੁਹਾਨੂੰ ਕੁਐਸ਼ਨਸ ਨਹੀਂ ਕਰਵਾਉਂਦੀ ਇੱਕ ਇੱਕ ਕੁਐਸ਼ਨ ਮੈਂ ਖੁਦ ਬਣਾ ਕੇ ਕਰਦੀ ਆ ਕੋਈ ਵੀ ਬੁੱਕ ਦੇਖ ਲੈਣਾ ਤੁਹਾਨੂੰ ਐਸ ਇਟ ਇਜ਼ ਕੁਐਸ਼ਨ ਕਿਤੇ ਨਹੀਂ ਮਿਲਨੇ ਰਾਈਟ ਤਾਂ ਪਲੀਜ਼ ਉਸਦੀ ਨਾ ਥੋੜੀ ਜੀ ਕਦਰ ਕਰਿਆ ਕਰੋ ਕਿ ਤੁਹਾਨੂੰ ਲੱਗਦਾ ਹੈ ਕਿ ਯਸ ਬਈ ਸਾਹਮਣੇ ਵਾਲੇ ਨੇ ਮਿਹਨਤ ਕੀਤੀ ਹੈ ਹੈਨਾ ਤਾਂ ਐਟ ਲੀਸਟ ਇੱਕ ਲਾਈਕ ਕਰ ਦਿਆ ਕਰੋ ਜ਼ਿਆਦਾ ਨਹੀਂ ਓਕੇ ਜ਼ਿਆਦਾ ਕਰੋਗੇ ਵੈਸੇ ਵੀ 네ਗੇਟਿਵ ਚਲੇ ਜਾਂਦਾ ਓਕੇ A O D G जिन्ना ने आंसर किता ना धर्म धर्म ਹਾਲੇ ਤੱਕ ਕਿਸੇ ਦਾ ਆਨਸਰ ਆਇਆ ਨਹੀਂ ਵੈਰੀ ਗੁੱਡ ਪੁਪਿੰਦਰ ਜੀ ਦਾ ਆ ਗਿਆ ਬਿਲਕੁਲ ਇਹ ਹੋਏਗਾ ਬੀ ਠੀਕ ਹੈ ਪੁਪਿੰਦਰ ਸੌਰੀ ਪੁਪਿੰਦਰ ਜੀ ਕਹਿ ਰਿਹਾ ਧਰਮ ਹੋਗੇ ਤਾਂ ਇਹ ਕੀ ਕਹਿੰਦੇ ਸੀਗੇ ਅਧਿਆਤਮਿਕ ਪੱਖੋਂ ਇਹਨਾਂ ਨੇ ਬਹੁਤ ਕੁਝ ਲਿਖਿਆ ਤੇ ਅਧਿਆਤਮਿਕਤਾ ਦੇ ਵਿੱਚ ਇਹਨਾਂ ਦਾ ਵਿਸ਼ਵਾਸ ਵੀ ਹੈ ਇਹ ਕਹਿੰਦੇ ਕਿ ਕ੍ਰਾਂਤੀ ਦੀ ਪ੍ਰੇਰਕ ਸ਼ਕਤੀ ਮੈਨੂੰ ਪਤਾ ਹੈ ਕ੍ਰਾਂਤੀ ਨੂੰ ਆਪਾਂ ਜ਼ਿਆਦਾ ਦੇਸ਼ ਭਗਤੀ ਨਾਲ ਜੋੜ ਲੀਦਾ ਆ ਪਰ ਇਹਨਾਂ ਦੇ ਅਕੋਰਡਿੰਗ ਕ੍ਰਾਂਤੀ ਦੀ ਪ੍ਰੇਰਕ ਸ਼ਕਤੀ ਕੀ ਹੈ ਧਰਮ ਹੀ ਹੈਗੀ ਆ ਠੀਕ ਹੈ ਧਰਮ ਵਿੱਚ ਵਿਸ਼ਵਾਸ ਹੈ ਤਾਂ ਤੁਸੀਂ ਕ੍ਰਾਂਤੀ ਵੀ ਕਰ ਜੋਗੇ ਇਹ ਐਦਾ ਮੰਨਦੇ ਸੀ 올 ਰਾਈਟ ਔਰ ਇੱਕ ਹੀ ਮੰਦੇਸੀ ਮੈਂ ਕੀ ਹਾਂ ਤਿੰਨ ਕਲਾਂ ਵਿੱਚ ਵਿਚਰਨ ਵਾਲਾ ਓਕੇ ਚਲੋ 16ਵਾਂ ਹੇਠਾਂ ਵਿੱਚੋਂ ਪ੍ਰੀਤਮ ਸਿੰਘ ਸਫੀਰ ਦੀ ਰਚਨਾ ਦੱਸੋ ਐਨੀ ਧਿਆਨ ਨਾਲ ਪੜ੍ਹਨਾ ਇਹ ਕੁਐਸਚਨ ਜਿੰਨੇ ਹੁਣ ਤੱਕ ਕਦੀ ਵੀ ਨਾ ਪੜਿਆ ਹੋਵੇ ਠੀਕ ਹੈ ਦੇਖੋ ਜਰਾ ਫਿਰ ਨਾ ਛੇੜ ਮੰਦੀਆ ਤਾਰਾਂ ਇਸ ਰੁੱਖ ਦੇ ਸੀਨੇ ਅੰਦਰ ਔਸ਼ੋ ਦੇ ਪੈਰੋਕਾਰ ਤਰਨ ਤਰਨ ਦੇ ਖੇਤਾਂ ਵਿੱਚ ਕਿਹੜਾ ਸਹੀ ਹੋਏਗਾ ਪਲੀਜ਼ ਤਾਨੂੰ ਧਿਆਨ ਨਾਲ ਦੇਖਣਾ ਓਕੇ ਫਿਰ ਆਨਸਰ ਕਰਨਾ 16ਵੀਂ ਲਈ ਬਹੁਤ ਧਿਆਨ ਨਾਲ ਦੇਖੋ ਤੁਹਾਨੂੰ ਸਾਰੇ ਲੱਗਣਗੇ ਆ ਵੀ ਹੈਗਾ ਆ ਵੀ ਹੈਗਾ ਤੇ ਆ ਵੀ ਹੈਗਾ ਕਿਉਂਕਿ ਹੈਗੇ ਇੱਕ ਤਰ੍ਹਾਂ ਚਾਰੇ ਹੀ ਵੇ ਰਾਈਟ ਥੈਂਕ ਯੂ ਡੀਅਰ ਓਕੇ ਠੀਕ ਹੈ ਜੀ 16ਵੇਂ ਲਈ ਤੁਹਾਡਾ ਆਨਸਰ ਡੀ 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 ਆ ਰਿਹਾ ਤਾਂ ਫਟਾਫਟ ਦੇਖਦੇ ਆਂ ਆਨਸਰ ਕੀ ਹੈ ਇਹ ਬਿਲਕੁਲ ਠੀਕ ਹੈ ਅਰੇ ਤਰਨ ਤਰਨ ਦੇ ਖੇਤਾਂ ਵਿੱਚ ਠੀਕ ਹੈ ਵੀ ਗੂਗਲ ਕੁਝ ਵੀ ਕਰ ਦਿੰਦਾ ਹੈ ਆਪਣੇ ਵੱਲੋਂ ਵੀ ਇਸ ਲਈ ਪਲੀਜ਼ ਤੁਸੀਂ ਇਹਨੂੰ ਹੀ ਕਨਸੀਡਰ ਕਰਨਾ ਹੈ ਤਰਨ ਤਰਨ ਦੇ ਖੇਤਾਂ ਵਿੱਚ ਹੁਣ ਦੇਖੋ ਬਾਕੀਆਂ ਦੇ ਵਿੱਚ ਕੀ ਫਰਕ ਹੈ ਜਿੱਥੇ ਲਿਖਿਆ ਨਾ ਛੇੜ ਮੰਨ ਦੀਆਂ ਤਾਰਾਂ ਮੰਨ ਨਹੀਂ ਆਣਾ ਇੱਥੇ ਆਏਗਾ ਦਿਲਾਂ ਯਾਨੀ ਕਿ ਨਾ ਛੇੜ ਦਿਲਾਂ ਦੀਆਂ ਤਾਰਾਂ ਇਹ ਵੀ ਪ੍ਰੀਤਮ ਸਿੰਘ ਸਫੀਰ ਦੀ ਰਚਨਾ ਹੈ ਫਿਰ ਅਗਲੀ ਆਪਣੇ ਸਾਹਮਣੇ ਆ ਇਸ ਰੁੱਖ ਦੇ ਸੀਨੇ ਅੰਦਰ ਰਾਈਟ ਐਥੇ ਤੁਸੀਂ ਰੁੱਖ ਕੱਟ ਦੋ ਰੁੱਖ ਦੀ ਜਗ੍ਹਾ ਤੇ ਕੀ ਆਏਗਾ ਇਸ ਸ਼ਾਖ ਦੇ ਸੀਨੇ ਅੰਦਰ ਸਮਝ ਗਏ ਫਿਰ ਹੈਗਾ ਓਸ਼ੋ ਦੇ ਪੈਰੋਕਾਰ ਹੁਣ ਐਥੇ ਅਸੀਂ ਕੀ ਕਟਾਂਗੇ ਐਥੇ ਅਸੀਂ ਕਟਾਂਗੇ ਓਸ਼ੋ ਐਂਦੀ ਜਗ੍ਹਾ ਤੇ ਕੀ ਆਏਗਾ ਮੰਨੂ ਦੇ ਪੈਰੋਕਾਰ ਸਮਝ ਗਏ ਤਹ ਤਿੰਨ ਗਾਣوں ਹੋਰ ਰਚਨਾਵਾਂ ਯਾਦ ਹੋ ਗਈਆਂ ਨਾ ਛੇੜ ਦਿਲਾਂ ਦੀਆਂ ਤਾਰਾਂ ਇਸ ਸ਼ਾਖ ਦੇ ਸੀਨੇ ਅੰਦਰ ਔਰ ਮੰਨੂ ਦੇ ਪੈਰੋਕਾਰ ਤਾਂ ਇਸ ਤਰ੍ਹਾਂ ਕਰਕੇ ਚਾਰ ਦੀਆਂ ਚਾਰ ਰਚਨਾਵਾਂ ਪ੍ਰੀਤਮ ਸਿੰਘ ਸਫੀਰ ਦੀਆਂ ਹੋ ਜਾਣਗੀਆਂ ਰਾਈਟ ਆਈ ਹੋਪ ਕਿ ਤੁਹਾਨੂੰ ਚੰਗੀ ਤਰ੍ਹਾਂ ਦਿਮਾਗ ਦੇ ਵਿੱਚ ਘੁੱਸ ਗਏ ਹੋਣੇ ਅੱਜ ਦੇ ਕੁਐਸਚਨਸ ਰਾਈਟ ਸਮਝ ਵਿੱਚ ਆ ਗਏ ਹੋਣੇ ਆ ਮਜ਼ਾ ਤਾਂ ਆ ਹੀ ਗਿਆ ਹੋਵੇਗਾ ਓਕੇ ਯਾ ਐਗਜ਼ੈਕਟਲੀ ਫ੍ਰੀ ਚੀਜ਼ ਆਪਾਂ ਨਾ ਘੱਟ ਹੀ ਕਦਰ ਕਰੀ ਦੀਆ ਬਟ ਪਲੀਜ਼ ਕਰਿਆ ਕਰੋ ओके अपन लगता है कि जोड़ी चीज़ फ्री च मिली है तो ठीक है ना साढ़े तक आसान है तो प्लीज़ इस चीज़ में ना बहुत ध्यान न देखिया करो और दिल तो लगे तो लाइक करना या इदा नहीं और राइट right, चलो इत हो गया जी खत्म अज का सैशन हूँ असं मिला कल आम, कल का जो सा टॉपिक रहेगा जस्ट गोना टेल यू जस्ट अ सैकेंड राइट right. आज जसी ਕੀਤਾ ਪ੍ਰੀਤਮ ਸਿੰਘ ਸਫੀਰ ਨਾ ਕੱਲ ਸਾਡਾ ਆਧੁਨਿਕ ਕਾਵ ਖਤਮ ਹੋਣ ਲੱਗਿਆ ਹੈ ਕੰਗratulations ਕੱਲ ਸਾਡਾ ਲਾਸਟ ਟਾਪਿਕ ਰਹੇਗਾ ਚਰਨ ਸਿੰਘ ਸ਼ਹੀਦ ਇਸ ਤੋਂ ਬਾਅਦ ਸਾਡਾ ਆਧੁਨਿਕ ਕਾਵ ਖਤਮ ओके ਯਾ ਗੁੱਡ ਨਿਰੂ ਜੀ 올राइट ਤਾਂ ਇਹ ਆਪਣਾ ਹੁਣ ਹੋ ਜੂਗਾ ਖਤਮ ਫਿਰ ਉਸ ਤੋਂ ਬਾਅਦ ਆਪਾਂ ਗੁਰਮਤ ਕਾਵ ਵਾਲ ਨੂੰ ਵਧਾਂਗੇ ओके ਤੇ ਤੁਹਾਨੂੰ ਮੈਂ ਸਾਰਿਆਂ ਨੂੰ ਅੱਜ ਜ਼ਿਆਦਾ ਜਨੇ ਹੈਗੇ ਹਾਂ ਮੈਂ ਦੱਸ ਦਿਆਂ 3 ਤਰੀਕ ਤੋਂ ਲੈ ਕੇ 8 ਤਰੀਕ ਤੱਕ ਤੁਹਾਡੀ ਛੁੱਟੀ ਹੈ ਛੁੱਟੀ ਹੈ ਛੁੱਟੀ ਹੈ ਯਾਦ ਰੱਖਿਓ ਮੈਂ ਹਾਂ ਇੱਕ ਕੰਮ ਕਰ ਲੂੰਗੀ ਉਹਨਾਂ ਦਿਨਾਂ ਦੇ ਵਿੱਚ ਨਾ ਅਗਰ ਮੇਰੇ ਕੋਲ ਹੋ ਪਾਇਆ ਆਈ ऍम नॉट ਸ਼ੋਰ ਅਬਾਊਟ 댓 ਬਟ ਅਗਰ ਮੇਰੇ ਕੋਲ ਹੋ ਪਾਇਆ ਤਾਂ ਕੁਝ ਰਿਕਾਰਡਿੰਗ ਲੈਕਚਰਜ਼ ਅਗਰ ਮੇਰੇ ਕੋਲ ਪਏ ਹੋਏ ਆਲਰੇਡੀ ਰਿਕਾਰਡਡ ਤਾਂ ਉਹ ਮੈਂ ਤੁਹਾਨੂੰ ਪ੍ਰੋਵਾਈਡ ਕਰ ਦਾਂਗੀ ਠੀਕ ਹੈ ਨਾ ਠੀਕ ਹੈ ਚਲੋ ਓਕੇ ਥੈਂਕ ਯੂ Good night. Bye-bye. Take care. <laughs> Koi Koi ni, it's really okay.